ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਨ ਮਹਾਰਾਜ ਕੀ ਜੈ। ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਨੱਥੂਪੁਰ ਜ਼ਿਲ੍ਹਾ ਹੁਸ਼ਿਆਰਪੁਰ, ਜਿੱਥੇ ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ 530ਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਸੰਤਾਂ ਮਹਾਂਪੁਰਸ਼ਾਂ ਦਾ ਭੰਡਾਰਾ ਹੋਇਆ। ਅਸਥਾਨ ਦੇ ਮੁੱਖ ਸੰਚਾਲਕ ਸ਼੍ਰੀਮਾਨ ਮਹੰਤ ਅਵਤਾਰ ਦਾਸ ਜੀ, ਸਮੂਹ ਨਗਰ ਨਿਵਾਸੀ, ਇਲਾਕੇ ਦੀਆਂ ਸੰਗਤਾਂ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਪੁੱਜੇ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਦਰਬਾਰ 'ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ। ਇਹਨਾਂ ਸਮਾਗਮਾਂ ਮੌਕੇ ਪੁੱਜੇ ਮਹਾਂਪੁਰਸ਼ਾਂ ਦਾ ਸ਼੍ਰੀਮਾਨ ਮਹੰਤ ਅਵਤਾਰ ਦਾਸ ਜੀ, ਬਾਬਾ ਧਰਮਦਾਸ ਜੀ, ਬਾਬਾ ਭਾਸਕਰ ਦਾਸ ਜੀ, ਬਾਬਾ ਲਛਮਣ ਦਾਸ ਜੀ ਅਤੇ ਸ਼੍ਰੀਮਾਨ ਮਹੰਤ ਰਾਮ ਸ਼ਰਨ ਦਾਸ ਜੀ ਮੰਡੀ ਗੋਬਿੰਦਗੜ੍ਹ ਅਤੇ ਚਿੱਟਾ ਅਖਾੜਾ ਅੰਮ੍ਰਿਤਸਰ ਵੱਲੋਂ ਭਰਮਾ ਸਵਾਦ ਕੀਤਾ ਗਿਆ। ਜਾਗ ਪੈਂਦੇ ਨੇ ਪੂਰਬਲੇ ਕਰਮੇ ਉਦੋਂ ਉਹ ਪੂਰਨ ਸੰਤਾਂ ਦੇ ਜਦੋਂ ਮਿਲਾਪ ਹੁੰਦੇ ਉਹ ਜਦੋਂ ਲਿਖਦਾ ਰੱਬ ਤਕਦੀਰਾਂ ਨੂੰ ਕੋਲ ਖੜੇ ਸੰਤ ਫਿਰ ਆਪ ਹੁੰਦੇ ਨਿਗਾਹ ਮਿਹਰ ਵਾਲੀ ਜਦੋਂ ਪਾਉਣ ਸਾਧੂ ਉਹ ਪਾਪਾਂ ਵਾਲੇ ਘੜੇ ਫਿਰ ਨਾਸ ਹੁੰਦੇ ਉਹ ਕੱਖਾਂ ਵਾਂਗੂ ਅਸੀਂ ਰੁਲ ਜਾਣਾ ਸੀ ਜੇ ਨਾ ਮਿਲੇ ਸ੍ਰੀ ਚੰਦਰ ਜੀ ਆਪ ਹੁੰਦੇ ਜੇ ਨਾ ਮਿਲੇ ਸ੍ਰੀ ਚੰਦਰ ਜੀ ਆਪ ਹੁੰਦੇ ਰੂਪ ਸਾਦਾ ਬੜਾ ਬਾਬੇ ਨੇ ਬਣਾ ਲਿਆ ਰੂਪ ਸਾਦਾ ਬੜਾ ਬਾਬੇ ਨੇ ਬਣਾ ਲਿਆ ਹੱਥ ਚਿਮਟਾ ਗਲੇ ਦੇ ਵਿੱਚ ਮਾਲਾ ਉਹ ਜੰਗਲਾ ਚ ਧੂਣਾ ਲਾ ਲਿਆ ਹੱਥ ਚਿਮਟਾ ਗਲੇ ਦੇ ਵਿੱਚ ਮਾਲਾ ਉਹ ਜੰਗਲਾ ਚ ਧੂਣਾ ਲਾ ਲਿਆ ਹੱਥ ਚਿਮਟਾ ਗਲੇ ਦੇ ਵਿੱਚ ਮਾਲਾ ਉਹ ਜੰਗਲਾ ਚ ਧੂਣਾ ਲਾ ਲਿਆ ਦੇ ਘਰ ਹਿੱਲਿਆ ਅਵਤਾਰ ਜੀ ਪੂਜਦਾ ਜਿਹਨੂੰ ਅੱਜ ਸਾਰਾ ਸੰਸਾਰ ਜੀ 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 ਪਰ ਰੱਬ ਨੇ ਹੈ ਰੱਬ ਕਰ ਪਾ ਲਿਆ ਪਰ ਰੱਬ ਨੇ ਹੈ ਰੱਬ ਕਰ ਪਾ ਲਿਆ ਹੱਥ ਚਿਮਟਾ ਗਲੇ ਦੇ ਵਿੱਚ ਮਾਲਾ ਉਹ ਚੰਗੇੜਾ ਚ ਧੂਣਾ ਲਾ ਲਿਆ
ਹੱਥ ਚ ਮਟਾ ਗਲੇ ਦੇ ਵਿੱਚ ਮਾਲਾ ਉਹ ਚੰਗਲਾ ਚ ਧੂਣਾ ਲਾ ਲਿਆ ਹੱਥ ਚ ਮਟਾ ਗਲੇ ਦੇ ਵਿੱਚ ਮਾਲਾ ਉਹ ਚੰਗਲਾ ਚ ਡੇਰਾ ਲਾ ਲਿਆ ਇਹਨਾਂ ਸਮਾਗਮਾਂ ਮੌਕੇ ਸ਼੍ਰੀਮਾਨ ਮਹੰਤ ਦਿਆਂਬਰ ਮੁਨੀ ਜੀ ਅਖਾੜਾ ਸੰਗਲ ਵਾਲਾ ਅੰਮ੍ਰਿਤਸਰ ਪ੍ਰਧਾਨ ਪ੍ਰਾਚੀਨ ਉਦਾਸੀਨ ਮਹਾਂਮੰਡਲ ਪੰਜਾਬ ਮਹੰਤ ਰਾਮ ਮੁਨੀ ਜੀ ਸ਼ੇਰੋਂ ਅਤੇ ਤੀਰਥ ਨਗਰ ਅੰਮ੍ਰਿਤਸਰ ਮਹੰਤ ਰਾਮ ਸ਼ਰਨ ਦਾਸ ਜੀ ਮੰਡੀ ਗੋਬਿੰਦਗੜ੍ਹ ਅਤੇ ਚਿੱਟਾ ਅਖਾੜਾ ਅੰਮ੍ਰਿਤਸਰ ਮਹੰਤ ਸੁਖਦੇਵ ਮੁਨੀ ਜੀ ਮਾਨਸਾ ਮਹੰਤ ਪੁਰਸ਼ੋਤਮ ਦਾਸ ਜੀ ਮਾਨਸਾ ਖੁਰਦ ਮਹੰਤ ਰਵਿੰਦਰ ਦਾਸ ਜੀ ਹੁਸ਼ਿਆਰਪੁਰ ਮਹੰਤ ਸ਼ਾਂਤਾਨੰਦ ਜੀ ਬੀਰੋਕੇ ਮਹੰਤ ਰਮੇਸ਼ ਮੁਨੀ ਜੀ ਭਾਗੀ ਬਾਂਦਰ ਮਹੰਤ ਭੂਮਾਨੰਦ ਜੀ ਰਾਪੁਰ ਬਾਬਾ ਪਰਮਜੀਤ ਸਿੰਘ ਜੀ ਭੱਟੀ ਉਦਾਸੀਨ ਡਸਕਾ ਮਹੰਤ ਮੁਰਾਰੀ ਦਾਸ ਜੀ ਸੱਦੋਵਾਲ ਮਹੰਤ ਬਾਲਕ ਰਾਮ ਜੀ ਬੀਰੋਕੇ ਮਹੰਤ ਨਿਰਮਲ ਦਾਸ ਜੀ ਲੋਪੋ ਮਹੰਤ ਮਹੇਸ਼ ਮੁਨੀ ਜੀ ਕੁਰਕਸ਼ੇਤਰ ਮਹੰਤ ਲਖਵਿੰਦਰ ਦਾਸ ਜੀ ਖੀਵਾ ਮਹੰਤ ਬਰਿੰਦਰ ਮੁਨੀ ਜੀ ਫੇਰੂ ਮਾਣ ਮਹੰਤ ਰਾਮਦਾਸ ਜੀ ਚੱਠਾ ਮਹੰਤ ਰੁੜਕੀ ਦਾਸ ਜੀ ਬੀਰਕਲਾਂ ਮਹੰਤ ਸੁਖਦੇਵ ਦਾਸ ਜੀ ਮਾਜਰੀ ਮਹੰਤ ਸੋਹਣ ਦਾਸ ਜੀ ਬੀਜਾਨਗਰ ਮਹੰਤ ਮਨਸਾ ਦਾਸ ਜੀ ਦੁੰਨੇਵਾਲਾ ਮਹੰਤ ਗੋਪੀ ਦਾਸ ਜੀ ਰਾਜਸਥਾਨ ਮਹੰਤ ਪ੍ਰਕਾਸ਼ ਮੁਨੀ ਜੀ ਹਰਿਦੁਆਰ ਮਹੰਤ ਸ਼ਰਵਣ ਮੁਨੀ ਜੀ ਹਰਿਦੁਆਰ ਮਹੰਤ ਗੋਪਾਲ ਦਾਸ ਜੀ ਅਖਾੜਾ ਛੱਤੇ ਵਾਲਾ ਅੰਮ੍ਰਿਤਸਰ ਸ਼੍ਰੀਮਾਨ ਮਹੰਤ ਸੇਵਾਦਾਸ ਜੀ ਕੋਟਫੱਤਾ ਮਹੰਤ ਤਿਲਕਦਾਸ ਜੀ ਨਾਨਕ ਚੱਕ ਮਹੰਤ ਦਮੋਦਰ ਦਾਸ ਜੀ ਜੰਡਾਲੀ ਮਹੰਤ ਜੀਵਨ ਮੁਨੀ ਜੀ ਸਰਾਏ ਖਾਸ ਮਹੰਤ ਸੁਖਵਿੰਦਰ ਦਾਸ ਜੀ ਸਰਹਾਲਾ ਮਹੰਤ ਪ੍ਰੀਤਮ ਦਾਸ ਜੀ ਸਰਹਾਲਾ ਮਹੰਤ ਮਣੀਦਾਸ ਜੀ ਲੌਂਗੋਵਾਲ ਮਹੰਤ ਅੰਮ੍ਰਿਤ ਮੁਨੀ ਜੀ ਖੋਸਾ ਰਣਧੀਰ ਮਹੰਤ ਗੰਗਾ ਰਾਮ ਜੀ ਕੋਠਾ ਗੁਰੂ ਮਹੰਤ ਕ੍ਰਿਸ਼ਨ ਦਾਸ ਜੀ ਢੈਪੀ ਮਹੰਤ ਜਗਦੀਸ਼ ਮੁਨੀ ਜੀ ਬਰੇ ਮਹੰਤ ਕੇਸਰ ਦਾਸ ਜੀ ਅਹਿਮਦਪੁਰ ਮਹੰਤ ਬੂਟਾ ਦਾਸ ਜੀ ਟਾਹਲੀਆਂ ਮਹੰਤ ਸ਼ਿਵਦਾਸ ਜੀ ਡਿੱਗੀ ਢਾਣੀ ਮਹੰਤ ਬੇਅੰਤ ਮੁਨੀ ਜੀ ਗੋਬਿੰਦਗੜ੍ਹ ਮਹੰਤ ਬੂਟੀ ਦਾਸ ਜੀ ਭੂਦਣ ਸਵਾਮੀ ਰਾਮ ਮੁਨੀ ਜੀ ਸੰਦੌੜ ਮਹੰਤ ਧਰਮ ਮੁਨੀ ਜੀ ਅਲਾਲ ਮਹੰਤ ਸਰਬਨ ਦਾਸ ਜੀ ਫਿਰੋਜ਼ਪੁਰ ਮਹੰਤ ਰਾਜੂ ਦਾਸ ਜੀ ਜੈਤੋਂ ਸੰਤ ਕਲਾਸ਼ ਮੁਨੀ ਜੀ ਮੌੜ ਮੰਡੀ ਮਹੰਤ ਬੇਦਾਨੰਦ ਜੀ ਲੋਪੋ ਮਹੰਤ ਗੋਪਾਲ ਦਾਸ ਜੀ ਕੈਲੇ ਬਾਂਦਰ ਸਵਾਮੀ ਤਰਮੁਖ ਦਾਸ ਜੀ ਲੰਗ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ ਹੋਏ ਸਨ। ਸੋਨੇ ਰੰਗੀਆਂ ਜੜਾਵਾਂ ਕੰਨੀ ਮਾਸ ਦੀਆਂ ਮੰਗਰਾਂ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦ ਸੋਨੇ ਰੰਗੀਆਂ ਜੜਾਵਾਂ ਸੋਨੇ
ਰੰਗੀਆਂ ਜਣਾਵਾਂ ਕੰਨੀ ਮਾਸ ਦੀਆਂ ਮੰਗਲਾਂ ਨਾਨਕ ਪਿਆਰੇ ਤੈਨੂੰ ਰਾਤ ਭਰ ਬੰਦ ਨਾ ਨਾਨਕ ਦੇ ਪਿਆਰੇ ਤੈਨੂੰ ਰਾਤ ਭਰ ਬੰਦ ਤੈਨੂੰ ਰਾਤ ਭਰ ਬੰਦ ਨਾਨਕ ਦੇ ਪਿਆਰੇ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਲਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਲਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਨਾਨਕ ਦੇ ਪਿਆਰੇ ਵਾਰ ਵਾਰ ਬੰਦਣਾ ਬੋਲੋ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੋਲੋ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਰੰਗੀਆਂ ਜੜਾਵਾਂ ਰੰਗੀਆਂ ਜੜਾਵਾਂ ਕੰਨੀ ਮਾਸ ਦੀਆਂ ਬੰਦਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਰੰਗੀਆਂ ਜੜਾਵਾਂ ਕੰਨੀ ਮਾਸ ਦੀਆਂ ਬੰਦਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਤੈਨੂੰ ਵਾਰ ਵਾਰ ਬੰਦਣਾ ਹੋ ਵਾਰ ਵਾਰ ਬੰਦਣਾ ਵਾਰ ਵਾਰ ਬੰਦਣਾ ਵਾਰ ਵਾਰ ਬੰਦਣਾ ਤੈਨੂੰ ਵਾਰ ਵਾਰ ਬੰਦਣਾ ਤੈਨੂੰ ਵਾਰ ਵਾਰ ਬੰਦਣਾ ਵਾਰ ਬੰਦਣਾ ਵਾਰ ਵਾਰ ਬੰਦਣਾ ਉਹਨੇ ਰੰਗੀਆਂ ਜੜਾਵਾਂ ਉਹਨੇ ਰੰਗੀਆਂ ਜੜਾਵਾਂ ਕੰਨੀ ਮਾਸ ਦੀਆਂ ਬੰਦਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਨਾਨਕ ਦੇ ਪਿਆਰੇ ਤੈਨੂੰ ਵਾਰ ਵਾਰ ਬੰਦਣਾ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦਾ 530ਵਾਂ ਪ੍ਰਕਾਸ਼ ਦਿਹਾੜਾ
ਬਹੁਤ ਹੀ ਸ਼ਰਧਾ ਦੇ ਨਾਲ ਬਾਬਾ ਅਵਤਾਰ ਦਾਸ ਜੀ ਦੇ ਇਸ ਸਥਾਨ 'ਤੇ ਨੱਥੂਪੁਰ ਬਹੁਤ ਹੀ ਸ਼ਰਧਾ ਦੇ ਨਾਲ ਸੰਗਤਾਂ ਮਨਾ ਰਹੀਆਂ ਹਨ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਜਿਹੜੀਆਂ ਕਿ ਹਰ ਸਾਲ ਦੇ ਤਰ੍ਹਾਂ ਹੁੰਮ ਆ ਕੇ ਪਹੁੰਚਦੀਆਂ ਹਨ ਜੋ ਕਿ ਅੱਜ ਸੰਤਾਂ ਦਾ ਲੰਗਰ ਪ੍ਰਸ਼ਾਦਾ ਸੀ ਔਰ 12 ਤਰੀਕ ਨੂੰ ਸ਼੍ਰੀ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜੇ ਦਾ ਜੋ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਮੈਂ ਸਮੁੱਚੀਆਂ ਸੰਗਤਾਂ ਨੂੰ ਔਰ ਦੇਸ਼ਾਂ 'ਚ ਬੈਠੇ ਸਾਰੇ ਵਾਸੀ ਪ੍ਰਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਬਾਬਾ ਅਵਤਾਰ ਦਾਸ ਜੀ ਦੀ ਵੱਲੋਂ ਔਰ ਸਮੁੱਚੇ ਸੰਤ ਮਹਾਂਪੁਰਸ਼ਾਂ ਨੂੰ ਵੀ ਜੀਆਂ ਕਹਿੰਦੇ ਹਾਂ, ਉਹਨਾਂ ਦਾ ਧੰਨਵਾਦ ਕਰਦੇ ਹਾਂ, ਅਰਦਾਸ ਕਰਦੇ ਹਾਂ ਪਰਮਾਤਮਾ ਇਸੇ ਤਰ੍ਹਾਂ ਹੀ ਸੰਤ ਮਹਾਂਪੁਰਸ਼ਾਂ 'ਤੇ ਕਿਰਪਾ ਕਰੇ, ਮਹਾਰਾਜ ਕਿਰਪਾ ਕਰੇ ਔਰ ਆਉਣ ਵਾਲੇ ਜੋ ਸਮਾਂ 'ਚ ਜਿਹੜੇ ਆਪਾਂ ਪ੍ਰਕਾਸ਼ ਦਿਹਾੜੇ ਬਾਬਾ ਸ਼੍ਰੀ ਚੰਦ ਜੀ ਦਾ ਬਹੁਤ ਸ਼ਰਧਾ ਦੇ ਨਾਲ ਧੂਮਧਾਮ ਦੇ ਨਾਲ ਮਨਾਉਂਦੇ ਰਹੀਏ। ਮੈਂ ਫਿਰ ਸਮੁੱਚੀਆਂ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ, ਅਰਦਾਸ ਕਰਦੇ ਹਾਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ਼੍ਰੀ ਚੰਦਰ ਜੀ ਦਾ 530ਵਾਂ ਪ੍ਰਕਾਸ਼ ਦਿਹਾੜਾ ਨੱਥੂਪੁਰ ਵਿਖੇ ਸੰਤ ਬਾਬਾ ਅਵਤਾਰ ਦਾਸ ਜੀ ਦੀ ਰਹਿਨਮਈ ਹੇਠ ਜੋ ਮਨਾਇਆ ਜਾ ਰਿਹਾ, ਵੱਖ ਵੱਖ ਜ਼ਿਲ੍ਹਿਆਂ ਤੋਂ ਸੰਤ ਮਹਾਂਪੁਰਖ, ਅੱਜ ਭੰਡਾਰਾ ਸੀ ਮਹਾਂਪੁਰਖਾਂ ਦਾ ਜਿਸ ਵਿੱਚ ਸਾਰੇ ਸੰਤਾਂ ਨੇ ਆ ਕੇ ਦਰਸ਼ਨ ਦਿੱਤੇ ਹਨ ਅਤੇ ਸਾਰੇ ਮਹਾਂਪੁਰਖਾਂ ਦੇ ਜੋ ਲੋਕਾਂ ਦੇ ਵਿੱਚ ਸ਼ਰਧਾ ਪਿਆਰ ਸੀ, ਦੇਸ਼ ਵਿਦੇਸ਼ ਵਿੱਚ ਵੱਸਦੇ ਲੋਕਾਂ ਵੱਲੋਂ ਬੜੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤਾ ਗਿਆ। ਅਸੀਂ ਬਾਬਾ ਜੀ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਭ ਨੂੰ ਵਧਾਈ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਹ ਦਿਹਾੜੇ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਉਂਦੇ ਰਹੀਏ ਅਤੇ ਮਹੰਤ ਬਾਬਾ ਅਵਤਾਰ ਦਾਸ ਜੀ ਦਾ ਆਸ਼ੀਰਵਾਦ ਸਾਰੀ ਸੰਗਤ 'ਤੇ ਰਹੇ। ਵਾਹਿਗੁਰੂ ਜੀ ਕਾ ਖਾਲਸਾ। ਬੀਬੀ ਅਤੇ ਸੇਵਾਦਾਰਾ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਸ਼੍ਰੀਮਾਨ ਮਹੰਤ ਅਵਤਾਰ ਦਾਸ ਜੀ, ਬਾਬਾ ਧਰਮਦਾਸ ਜੀ, ਬਾਬਾ ਭਾਸਕਰ ਦਾਸ ਜੀ, ਬਾਬਾ ਲਛਮਣ ਦਾਸ ਜੀ ਅਤੇ ਸ਼੍ਰੀਮਾਨ ਮਹੰਤ ਰਾਮ ਸ਼ਰਨ ਦਾਸ ਜੀ ਮੰਡੀ ਗੋਬਿੰਦਗੜ੍ਹ ਅਤੇ ਚਿੱਟਾ ਅਖਾੜਾ ਅੰਮ੍ਰਿਤਸਰ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਂਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ। ਇਹਨਾਂ ਸਮਾਗਮਾਂ ਮੌਕੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਦੇ ਸਮੁੱਚੇ ਸੇਵਾਦਾਰਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ। ਉਦਾਸੀਨ ਆਸ਼ਰਮ ਨੱਥੂਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਫਲਤਾਪੂਰਵ ਸੰਪੰਨ ਹੋਏ ਇਹਨਾਂ ਮਹਾਂਪੁਰਸ਼ਾਂ ਦੇ ਵਿਸ਼ਾਲ ਭੰਡਾਰੇ ਨੂੰ ਸੰਗਤਾਂ ਆਉਂਦੇ ਸਾਲ ਤੱਕ ਮਨ 'ਚ ਸਮੋਈ ਰੱਖਣਗੀਆਂ। ਉਦਾਸੀਨ ਆਸ਼ਰਮ ਪਿੰਡ ਨੱਥੂਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਗੌਰਵਗੜ੍ਹ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ। ਫਕੀਰਾ ਤੇਰੀ ਦੀਦ ਵਾਸਤੇ ਫਕੀਰਾ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾ ਤੇਰੀ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਜਾਣੀ ਜਾਣ ਤੂੰ ਇਹ
ਪਿਆਰਿਆ ਜਾਣੀ ਜਾਣੀ ਤੂੰ ਏ ਪਿਆਰਿਆ ਕਿੰਜ ਰੋ ਰੋ ਘੜੀਆਂ ਨੇ ਬੀਤੀਆਂ ਜਾਣੀ ਜਾਣੀ ਤੂੰ ਏ ਪਿਆਰਿਆ ਕਿੰਜ ਰੋ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਕੋਈ
ਤੇਰੇ ਸਾਹਮਣੇ ਹਾਰ ਗਏ, ਤੇਰੇ ਸਾਹਮਣੇ ਹਾਰ ਜੀ ਗਏ। ਚੰਗਾ ਲੱਖਾਂ ਭਾਵੇਂ ਜੱਗ ਕੋਲੋਂ ਜਿੱਤੀਆਂ, ਫਕੀਰਾਂ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ। ਫਕੀਰਾਂ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ, ਫਕੀਰਾਂ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ। ਕੜੀਆਂ ਨੇ ਪੀਤੀਆਂ
ਫਕੀਰਾ ਤੇਰੀ ਪੀਰ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾ ਤੇਰੀ ਪੀਰ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾ ਤੇਰੀ ਪੀਰ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾ ਤੇਰੀ ਦੀਦ ਵਾਸਤੇ ਸ਼੍ਰੀ ਚੰਦਰ ਮਹਾਰਾਜ ਕੀ ਜੈ। ਅੱਜ ਪਿੰਡ ਨੱਥੂਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਹੰਤ ਅਵਤਾਰ ਦਾਸ ਜੀ ਮਹਾਰਾਜ ਦੀ ਰੈਣ ਸਫਾਈ ਹੇਠ ਸਾਰਿਆਂ ਸੇਵਕਾਂ ਸਭ ਸੰਤਾਂ ਸਭ ਇਲਾਕੇ ਬਾਹਰ ਦੀਆਂ ਆਈਆਂ ਸੰਗਤਾਂ ਵੱਲੋਂ ਬੜੇ ਸ਼ਰਧਾ ਪ੍ਰੇਮ ਨਾਲ 530ਵਾਂ ਪ੍ਰਕਾਸ਼ ਉਤਸਵ ਮਨਾ ਰਹੇ ਆ। ਪਾ ਇਹਨਾਂ ਦਾ ਜੇ ਜਿਹੜਾ ਪ੍ਰਕਾਸ਼ ਅੱਜ ਤਾਂ ਸੰਤ ਜਿਹੜੇ ਨਾ ਮਹਾਂਪੁਰਸ਼ ਦੂਰ ਦੁਰਾਡੇ ਤੋਂ ਸਾਰੇ ਆਲ ਇੰਡੀਆ ਤੋਂ ਪਹੁੰਚੇ ਨੇ, ਉਹਨਾਂ ਦਾ ਜੇ ਭੰਡਾਰਾ ਸੀ ਉਸੇ ਭੰਡਾਰੇ ਦੀ ਖੁਸ਼ੀ ਅੰਦਰ ਅੱਜ ਸਭ ਸੰਗਤਾਂ ਇਕੱਤਰ ਹੋਈਆਂ ਨੇ ਅਤੇ ਸਾਡੇ ਸਤਿਕਾਰਯੋਗ ਸ਼੍ਰੀ ਮਹੰਤ ਅਵਤਾਰ ਦਾਸ ਜੀ ਮਹਾਰਾਜ ਨੇ ਸਾਹਿਬ ਆਇਆ ਸੰਗਤਾਂ ਨੂੰ ਅੱਜ ਜੀ ਆਇਆ ਆਖਿਆ ਹੈ। ਸਾਰਿਆਂ ਨੇ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਇਹ ਭੰਡਾਰਾ ਕੀਤਾ ਗਿਆ। 12 ਤਰੀਕ ਦਿਨ ਵੀਰਵਾਰ ਨੂੰ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ। ਉਹ ਦਿਨ ਫਿਰ ਇਸੇ ਤਰ੍ਹਾਂ ਸਭ ਸੰਗਤਾਂ ਇਲਾਕੇ ਦੀਆਂ ਸਭ ਸੇਵਾਦਾਰ ਇਸੇ ਤਰ੍ਹਾਂ 12 ਤਰੀਕ ਨੂੰ ਆਉਣਗੇ। ਸਭ ਸੰਗਤਾਂ ਨੂੰ ਸਭ ਸੰਗਤਾਂ ਚਰਨਾਂ 'ਚ ਪ੍ਰਾਰਥਨਾ ਵੀ ਇਸੇ ਤਰ੍ਹਾਂ 12 ਤਰੀਕ ਨੂੰ ਵੀ 3 ਦਿਨ ਅਖੰਡ ਪਾਠ ਚੱਲਣੇ ਨੇ, 2 ਅਖੰਡ ਪਾਠ ਸਰੂਪ ਚੱਲਣੇ ਨੇ। ਕੱਲ੍ਹ ਤੋਂ 10 ਤਰੀਕ ਤੋਂ ਆਰੰਭ ਹੋਣੇ ਨੇ ਅਤੇ 12 ਨੂੰ ਭੋਗ ਪੈਣੇ ਆ। ਸਭ ਸੰਗਤਾਂ ਆਉਣ ਨਾਲੇ ਸੇਵਾ ਕਰਨ, ਨਾਲ ਲੰਗਰ ਪਾਣੀ ਛਕਣ। ਇਸੇ ਤਰ੍ਹਾਂ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ ਸਭ ਸੰਗਤਾਂ ਨੂੰ ਇੱਥੇ ਦੇ ਜਿਹੜੇ ਬਾਹਰ ਦੇਸਾਂ ਵਿਦੇਸਾਂ ਵਿੱਚ ਆਏ ਨੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਜਗਤਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਅੱਜ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਦੇ 530ਵੇਂ ਜਨਮ ਦਿਨ ਦੇ ਉਪਲਕਸ਼ ਵਿੱਚ ਸੰਤਾਂ ਮਹਾਂਪੁਰਸ਼ਾਂ ਮਹੰਤਾਂ ਨੂੰ ਬੁਲਾ ਕੇ ਸ਼੍ਰੀਮਾਨ ਮਹੰਤ ਅਵਤਾਰ ਦਾਸ ਜੀ ਮਹਾਰਾਜ ਨੱਥੂਪੁਰ ਵਾਲਿਆਂ ਨੇ ਭੰਡਾਰਾ ਕੀਤਾ ਹੈ। ਇਸੇ ਤਰ੍ਹਾਂ ਹੀ ਕੱਲ੍ਹ ਤੋਂ ਪਾਠ ਪ੍ਰਕਾਸ਼ ਹੋਣਗੇ। 12 ਤਰੀਕ ਨੂੰ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਊਗਾ। ਉਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨਗਰਾਂ ਦੀਆਂ ਸੰਗਤਾਂ ਆਉਣਗੀਆਂ, ਸੇਵਾ ਕਰਨੀਆਂ ਉਤਸ਼ਾਹ ਨਾਲ ਭੰਡਾਰੇ 'ਚ ਆਪਣਾ ਯੋਗਦਾਨ ਪਾਉਣਗੀਆਂ। ਔਰ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਜੋ ਵੀ ਬਾਬਾ ਸ਼੍ਰੀ ਚੰਦ ਜੀ ਦਾ
ਨਾਮ ਲੇਵਾ ਸੰਗਤਾਂ, ਬਾਬਾ ਜੀ ਦੇ ਅਵਤਾਰਦਾਸ ਜੀ ਨੱਥੂਪੁਰ ਵਾਲਿਆਂ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ, ਜੋ ਵੀ ਇਲਾਕੇ ਦੀਆਂ ਸੰਗਤਾਂ, ਸਾਰੀਆਂ ਸੰਗਤਾਂ ਨੂੰ, ਇਲਾਕੇ ਨੂੰ, ਦੇਸ਼ ਵਿਦੇਸ਼ਾਂ 'ਚ ਬੈਠੇ ਸਾਰੇ ਸੇਵਾਦਾਰਾਂ ਨੂੰ ਲੱਖ ਲੱਖ ਵਧਾਈਆਂ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ। ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170 36301 ਅਤੇ 98141 36301।